ਵੱਡੀ ਗੱਲ ਇਹ ਹੈ ਵੀ ਗੰਡਾ ਇਹ ਜਿਹੜਾ ਹੈਗਾ ਕੋਈ ਡੀਏਪੀ ਨਹੀਂ, ਕੋਈ ਰੇਹ ਸਪਰੇ ਨਹੀਂ, ਕੁਛ ਨਹੀਂ, ਆਰਗੈਨਿਕ ਆ ਬਾਈ ਬਿਲਕੁਲ। ਇਸ ਗੱਲ ਦੀ ਤਾਂ ਫੁੱਲ ਗਰੰਟੀ ਹੈ, ਕੰਪਨੀ ਵੱਲੋਂ ਪੂਰੀ ਸ਼ਰਤਾਂ ਲਿਖੀਆਂ ਵੀ ਹੁੰਦੀਆਂ ਵੀ ਆਰਗੈਨਿਕ ਹੀ ਹੈ ਇਹ ਚੀਜ਼। ਜਿਹੜੀ ਆਹ ਚੀਜ਼ ਹੈ ਨਾ ਬਾਈ ਜੀ, ਆਹ ਚੀਜ਼ ਆ ਇਹਦੇ ਨਾਲ ਸਮਝ ਲਓ ਇਹ ਗੰਡਿਆਂ ਨੂੰ ਪਾਣੀ ਲਾਉਂਦੇ ਆ। ਇਹ ਜਿਹੜੀ ਹੈ ਸਪਰਿੰਗ ਫਾਰਮਿੰਗ ਸਮਝ ਲਓ, ਇਸ ਤਰ੍ਹਾਂ ਦੇਖੋ ਬਹੁਤ ਲੰਬੀ ਹੈ ਇਹ, ਪਰਲੇ ਪਾਸੇ ਵੱਡੇ ਵੱਡੇ ਜਾਲ ਇਹਦੇ ਬਈ, ਆਹ ਦੇਖੋ ਜਿਵੇਂ ਆਪਣੇ ਡਿੱਗਰ ਦੇ ਹੁੰਦੇ ਆਲੂ ਵਾਲੇ ਦੇ, ਠੀਕ ਹੈ ਨਾ। ਆਹ ਦੇਖੋ ਬਈ ਥੱਲੇ ਦੀ ਸਾਨੂੰ ਐਡੀ ਵੱਡੀ ਇਹ ਮਸ਼ੀਨ ਹੈ, ਇਸ ਤਰ੍ਹਾਂ ਇਹਦੀ ਪਟਾਈ ਜਿਹੜੀ ਗੰਡਿਆਂ ਦੀ। ਹਾਂਜੀ ਬਾਈ ਜੀ, ਸਤਿ ਸ਼੍ਰੀ ਅਕਾਲ ਜੀ, ਆ ਜਾਓ ਮਿਲਾਉਣੇ ਅੱਜ ਤੁਹਾਨੂੰ ਫਿਰ ਆਪਾਂ ਨਵੀਂ ਗੱਲਬਾਤ ਦੇ ਨਾਲ। ਤੇ ਜਿਹੜੀਆਂ ਇੱਥੇ ਅੱਜ ਤੁਹਾਨੂੰ ਆਪਾਂ ਚੀਜ਼ ਦਿਖਾ ਰਹੇ ਹੈ ਨਾ, ਤੇ ਇੱਕ ਬੜੀ ਅਜੀਬ ਚੀਜ਼ ਆ, ਤੇ ਰੂਟੀਨ ਦੇ ਵਿੱਚ ਆਪਾਂ ਘਰਾਂ ਦੇ ਵਿੱਚ ਵਰਤਦੇ ਹਾਂ ਜਿਹੜੀ ਇਹ ਫਸਲ ਤੁਹਾਨੂੰ ਅੱਜ ਦਿਖਾਉਣੀ ਹੈ। ਤੇ ਇਹ ਫਸਲ ਨੂੰ ਆਪਣੇ ਮੇਰੇ ਖਿਆਲ ਦੇ ਵਿੱਚ ਪੰਜਾਬ 'ਚ ਤਾਂ ਛੋਟੀ ਲੈਵਲ ਦੀ ਖੇਤੀ ਵੀ ਮੰਨਦੇ ਆ। ਬਾਕੀ ਤੁਸੀਂ ਵੀ ਦੱਸੋ ਕਮੈਂਟਾਂ ਦੇ ਵਿੱਚ ਵੀ ਕਿਸ ਤਰ੍ਹਾਂ ਦੀ ਗੱਲਬਾਤ ਆ, ਹੁਣ ਕਿਵੇਂ ਹੁੰਦੀ ਹੈ ਖੇਤੀ ਆਪਣੇ, ਤੇ ਕਿੰਨਾ ਕੁ ਜ਼ੋਰ ਹੈ, ਠੀਕ ਹੈ ਨਾ। ਆਪਣੇ ਹੁੰਦੀ ਆ, ਪਰ ਅੱਗੇ ਆਪਣੇ ਜਿਵੇਂ ਮਾਲੀ ਨੂੰ ਹੋ ਗਏ ਖੇਤਾਂ ਦੇ ਵਿੱਚ, ਜਾਂ ਕੋਈ ਯੂਪੀ ਵਾਲੇ ਆਪਾਂ ਉਹ ਜਿਹੇ ਵਹਾ ਕੇ ਉਹਨਾਂ ਤੋਂ ਕਰਾਉਂਦੇ ਸੀ, ਤੇ ਹੁਣ ਆਪਾਂ ਲੱਗੇ ਤਾਂ ਇਸ ਖੇਤੀ ਦੇ ਮਗਰ। ਤੇ ਬਾਕੀ ਤੁਸੀਂ ਦੇਖ ਕੇ ਹੁਣ ਦੱਸਿਓ ਕਮੈਂਟ ਦੇ ਵਿੱਚ ਵੀ ਕੀ ਗੱਲਬਾਤ ਹੈ, ਕਿਸ ਤਰ੍ਹਾਂ ਦੀ ਖੇਤੀ ਹੈ। ਤੇ ਆਪਾਂ ਦਿੰਦੇ ਹਾਂ ਤੁਹਾਨੂੰ ਜਾਣਕਾਰੀ, ਬਹੁਤੀਆਂ ਗੱਲਾਂ ਨਾ ਮਾਰਦੇ ਆ ਜਾਓ, ਫਿਰ ਆਪਾਂ ਦਿਖਾਉਂਦੇ ਹਾਂ ਤੁਹਾਨੂੰ ਬਾਈ। ਆਹ ਦੇਖੋ ਬਾਈ ਜੀ, ਇਸ ਤਰ੍ਹਾਂ ਇਹ ਗੰਡਿਆਂ ਦੀ ਜਿਹੜੀ ਖੇਤੀ ਹੈ ਇੱਥੇ, ਇਸ ਤਰ੍ਹਾਂ ਹੁੰਦੀ ਹੈ ਕੈਨੇਡਾ ਦੇ ਵਿੱਚ। ਤੇ ਸਮਝ ਲਓ ਇਹ ਜ਼ਿਆਦਾਤਰ ਸਾਡੇ ਵਿਨੀਪੈਗ ਦੇ ਵਿੱਚ ਹੀ ਹੈ, ਮੈਨੀਟੋਬਾ ਸਟੇਟ ਦੇ ਵਿੱਚ ਇਹ ਬੈੱਡ ਬਣਾਏ ਹੋਏ ਆ। ਤੇ ਤੁਸੀਂ ਨਿਗਾਹ ਮਾਰੋ ਇਹ, ਤੇ ਬੈੱਡਾਂ ਤੋਂ ਸਾਰੀ ਸਪਲਾਈ ਜਿਹੜੀ ਹੈ, ਇਹ ਬੈੱਡਾਂ ਤੋਂ ਹੀ ਸਾਰੇ ਜਿਹੜੇ ਲੱਗੇ ਪਏ, ਸਮਝ ਲਓ 1, 2, 3, 4, 5, 6 ਲਾਈਨਾਂ ਲੱਗੀਆਂ ਹੋਈਆਂ ਬੈੱਡ ਦੇ ਉੱਪਰ, ਇੱਕ ਬੈੱਡ ਦੇ ਉੱਪਰ, ਠੀਕ ਹੈ ਨਾ ਜੀ। ਆਹ ਦੂਰ ਤੱਕ ਮਾਰੋਗੇ, ਸਾਰਾ ਕੰਪਨੀ ਦਾ ਫਾਰਮ ਹੈ ਬਾਈ, ਕੋਕਰ ਵਾਲਿਆਂ ਦਾ, ਉਹਨਾਂ ਦੇ ਸਾਰੇ ਗੰਢੇ ਲਾਏ ਹੋਏ ਆ ਇਹ। ਤੇ ਗੰਢੇ ਦਾ ਸਾਈਜ਼ ਵੀ ਤੁਸੀਂ ਤੁਹਾਨੂੰ ਦਿਖਾਉਣੇ ਆਪਾਂ ਮੂਹਰੇ ਚੱਲ ਕੇ, ਤੇ ਬਹੁਤ ਵੱਡਾ, ਤੇ ਜਿਵੇਂ ਆਪਾਂ ਆਲੂ ਪੱਟਦੇ ਹਾਂ ਡਿੱਗਰ ਵਾਂਗੂ, ਉਸ ਤਰ੍ਹਾਂ ਦੀ ਇਹਨਾਂ ਦੀ ਆਲੂ ਪੱਟਣ ਟਾਈਪ ਮਸ਼ੀਨ ਹੈ। ਉਹਦੇ ਨਾਲ ਜਿਹੜਾ ਇਹ ਇਹਦੀ ਪਟਾਈ ਜਿਹੜੀ ਬੈੱਡਾਂ ਦੀ, ਸਮਝ ਲਓ ਇੱਕ ਗੇੜੇ ਦੇ ਵਿੱਚ ਉਹ 4 ਬੈੱਡ ਕਿੰਨੇ ਲੈ ਜਾਂਦੀ ਆ ਉਹ, ਠੀਕ ਹੈ ਨਾ ਜੀ। ਤੇ ਤੁਹਾਨੂੰ ਗੰਢੇ ਦਾ ਸਾਈਜ਼ ਵੀ ਦਿਖਾਉਣੇ ਆ, ਤੇ ਗੰਢਾ ਵੀ ਦਿਖਾਉਣੇ ਆ ਕਿਸ ਤਰ੍ਹਾਂ ਦਾ ਗੰਢਾ ਬਈ ਇਹ। ਤੇ ਆਹ ਤੁਹਾਨੂੰ ਆਪਾਂ ਦਿਖਾਤੀ ਗੱਲਬਾਤ ਗੰਢੇ ਦੀ, ਤੇ ਆ ਜਾਓ ਆਪਾਂ ਹੁਣ ਤੁਹਾਨੂੰ ਗੰਢਾ ਪੱਟਿਆ ਵਿਆ ਵੀ ਦਿਖਾਉਣੇ ਆ ਵੀ ਕਿਸ ਤਰ੍ਹਾਂ ਪੱਟਿਆ ਵਿਆ। ਤੇ ਹੋ ਗਏ ਥੋੜ੍ਹਾ ਜਿਹਾ ਲੇਟ, ਕੰਮ ਬੰਦ ਕਰਤਾ ਉਹਨਾਂ ਨੇ ਹੁਣ ਪਟਾਈ ਦਾ, ਤਾਂ ਪਰ ਪੱਟ ਕੇ ਰੱਖੇ ਹੋਏ ਆ ਵੀ ਜਿਹੜੇ ਗੰਢੇ ਉਹਨਾਂ ਨੇ ਪੱਟੇ ਆ ਉਹ ਸਮਝ ਲਓ ਅੱਜ ਇਹ ਤੋਂ ਪਲਵਾ ਦੇਣਗੇ ਉਹਨੂੰ, ਤੇ ਕੱਲ੍ਹ ਨੂੰ ਚੱਕ ਕੇ ਉਹਦੀ ਪੈਕਿੰਗ ਕਰ ਦੇਣਗੇ, ਠੀਕ ਹੈ ਨਾ ਬਾਈ ਜੀ। ਇਸ ਤਰ੍ਹਾਂ ਦੀ ਗੱਲਬਾਤ ਹੈ ਜਿਹੜੀ ਗੰਢਿਆਂ ਦੀ ਖੇਤੀ ਦੀ, ਐਡੇ ਲੈਵਲ ਦੀ ਖੇਤੀ ਹੈ ਜਿਹੜੀ ਗੰਢਿਆਂ ਦੀ। ਆਪਣੇ ਤਾਂ ਪੰਜਾਬ 'ਚ ਕਈ ਵਾਰ ਗੰਢੇ ਵਾਲੇ ਬੰਦੇ ਨੂੰ ਲੱਗਦਾ ਵੀ ਛੋਟੀ ਲੈਵਲ ਦੀ ਖੇਤੀ ਕਰਦੇ ਆ, ਪਰ ਇੱਥੇ ਬਾਈ ਬਹੁਤ ਹੀ ਵੱਡੇ ਪੱਧਰ 'ਤੇ ਗੰਢੇ ਦੀ ਖੇਤੀ ਹੁੰਦੀ ਹੈ, ਠੀਕ ਹੈ ਨਾ ਜੀ। ਆਹ ਦੇਖੋ ਬੈੱਡ ਜਿਹੜੇ ਇੰਨੇ ਇੰਨੇ ਚੌੜੇ ਬੈੱਡ ਆ ਬਾਈ ਇਹ ਜਿਹੜੇ ਬੈੱਡ ਆ, ਆਹ ਦੇਖੋ ਤੁਸੀਂ ਵੀਡੀਓ 'ਚ ਇਸ ਤਰ੍ਹਾਂ ਇੰਨਾ ਚੌੜਾ ਬੈੱਡ ਹੈ। ਇਹ ਬੈੱਡ ਹੈਗਾ 3 ਕੁ ਫੁੱਟ ਚੌੜਾ, 2.5 ਤੋਂ 3 ਫੁੱਟ ਚੌੜੇ ਬੈੱਡ। ਤੇ ਪਾਣੀ ਆਪਾਂ ਤੁਹਾਨੂੰ ਦਿਖਾਤਾ ਵੀ ਉਹ ਜਿਹੜੇ ਸਪਰੇ ਸਪਰਿੰਗ ਫਾਰਮਿੰਗ ਦੇ ਨਾਲ ਇਹਨੂੰ ਪਾਣੀ ਲੱਗਦਾ, ਉਹਦੇ ਪਾਈਪ ਦੇ ਉੱਤੇ ਦੋਨੇ ਪਾਸੇ ਇੰਜਣ ਆ ਬਾਈ, ਅਤੇ ਉਹ ਚੱਲਦੇ ਰਹਿੰਦੇ ਆ ਮੂਹਰੇ ਪਿੱਛੇ ਬਸ ਕਰਦੇ ਰਹਿੰਦੇ, ਉਹਨੂੰ ਇੰਜਣ ਸਟਾਰਟ ਕਰਕੇ ਟਾਇਰ ਲੱਗੇ ਹੋਏ ਆ, ਠੀਕ ਜੀ। ਅਤੇ ਆ ਜਾਓ ਆਪਾਂ ਹੁਣ ਤੁਹਾਨੂੰ ਗਾਂਹ ਗੰਢਾ ਦਿਖਾਉਂਦੇ ਹਾਂ। ਆਹ ਮਸ਼ੀਨ ਹੈ ਨਾ ਬਾਈ ਜੀ, ਇਹ ਮਸ਼ੀਨ ਆ ਇਹ ਆਲੂ ਇਹਦੀ ਗੰਢਿਆਂ ਦੀ ਪਟਾਈ ਹੁੰਦੀ ਹੈ, ਜਿਵੇਂ ਆਪਾਂ ਆਲੂ ਦੀ ਪਟਾਈ ਕਰਦੇ ਹਾਂ ਇਸ ਤਰ੍ਹਾਂ ਦੀ। ਤੁਸੀਂ ਦੇਖ ਲਓ ਤੁਸੀਂ ਐਡੀ ਵੱਡੀ ਮਸ਼ੀਨ ਹੈ ਇਹ, ਅਤੇ ਇਹਦੇ 'ਚ ਐਂ ਗੰਢੇ ਘੁੰਮ ਕੇ, ਅਤੇ ਇੱਥੇ ਆਹ ਢੇਰੀਆਂ ਲਾਈ ਜਾਂਦੀ ਆ, ਆਹ ਭੂਫਣੇ ਦੇ ਇਹ ਵੱਟ ਕੇ ਸਿੱਟੀ ਜਾਂਦੀ ਆ, ਠੀਕ ਹੈ ਜੀ। ਉਹ ਤੱਕ ਟਰੈਕਟਰ ਦੇ ਮੂਹਰੇ ਲੱਗੇ ਹੋਏ ਸ਼ੀਸ਼ੇ ਸਾਰੇ, ਚਾਰੇ ਪਾਸੇ ਨਿਗਾਹ ਮਾਰ ਨੂੰ, ਐਡਾ ਵੱਡਾ ਇਹਦੇ ਥੱਲੇ ਨਿਗਾਹ ਮਾਰੋ ਤੁਸੀਂ, ਐਡੇ ਵੱਡੇ ਜਾਲ ਇਹਦੇ ਬਈ, ਆਹ ਦੇਖੋ ਜਿਵੇਂ ਆਪਣੇ ਡਿੱਗਰ ਦੇ ਹੁੰਦੇ ਆਲੂ ਵਾਲੇ ਦੇ, ਠੀਕ ਹੈ ਨਾ। ਆਹ ਦੇਖੋ ਬਈ ਥੱਲੇ ਦੀ ਤੁਹਾਨੂੰ ਐਡੀ ਵੱਡੀ ਇਹ ਮਸ਼ੀਨ ਹੈ, ਇਸ ਤਰ੍ਹਾਂ ਇਹਦੀ ਪਟਾਈ ਜਿਹੜੀ ਗੰਢਿਆਂ ਦੀ, ਆਹ ਦੇਖੋ ਆਹ ਲਾਈਆਂ ਪਈਆਂ ਲੈਣਾ ਇਹਨੇ ਪੱਟ ਕੇ, ਠੀਕ ਹੈ ਨਾ। ਹੁਣ ਆਪਾਂ ਤੁਹਾਨੂੰ ਗੰਢੇ ਦੇਖਾਉਣੇ ਆਪਾਂ ਚੱਲ ਕੇ ਉੱਤਰਦੇ ਮਾੜਾ ਜਿਹਾ, ਆ ਜਾਓ ਫਿਰ ਆਪਾਂ ਗੰਢੇ ਆ ਬਈ ਇੱਥੋਂ। ਆਹ ਦੇਖੋ ਆਹ ਪੱਟ ਕੇ ਬੈੱਡਾਂ 'ਤੇ ਲਾਈਨ ਲੱਗੀ ਪਈ ਆ, ਹੁਣ ਤੁਸੀਂ ਦੇਖੋ। ਅਤੇ ਗੰਢੇ ਦਾ ਸਾਈਜ਼ ਵੀ ਬਹੁਤ ਵੱਡਾ ਹੈ, ਆਪਾਂ ਚੱਕ ਕੇ ਦੇਖਦੇ ਹਾਂ ਮਾੜਾ ਜਿਹਾ, ਮੰਗਾਉਣੇ ਮਣੀ ਤੋਂ, ਠੀਕ ਹੈ ਨਾ ਬਾਈ। ਆਹ ਦੇਖੋ ਆਹ ਲਾਈ ਪਈ ਲਾਈਨ, ਇਹ ਹੁਣ ਅੱਜ ਸਾਰਾ ਦਿਨ ਪੱਟ ਕੇ ਰੱਖਤੇ ਇਹਨਾਂ ਨੇ, ਇਹ ਲੱਗੂਗੀ ਧੁੱਪ ਇਹਨੂੰ, ਅਤੇ ਧੁੱਪ ਲੱਗ ਕੇ ਇਹਨੂੰ ਕੱਲ੍ਹ ਨੂੰ ਰੇਤਾ ਰੂਤਾ ਸਾਰਾ ਝੜ ਜਾਣਾ, ਅਤੇ ਸਾਰਾ ਇਹਨਾਂ ਨੇ ਚੱਕ ਲੈਣਾ ਬਾਈ ਇਦੋਂ ਬਾਅਦ, ਠੀਕ ਹੈ ਨਾ। ਅਤੇ ਇਹਦੇ 'ਚ ਇੱਕ ਹੋਰ ਗੱਲ ਹੈ, ਜਿਹੜਾ ਇੱਥੋਂ ਦਾ ਇਹ ਗੰਢਾ ਨਾ ਬਾਈ, ਇਹਦੇ 'ਚ ਰਸਾ ਵੀ ਬਹੁਤ ਆ, ਤੁਸੀਂ ਇਹ ਲਾ ਲਓ ਸਾਹਿਬ, ਰਸਾ ਇੰਨਾ ਰਸਾ ਨਾ, ਅਤੇ ਕੌੜਾ ਵੀ ਪੂਰਾ, ਜਿੰਨਾ ਕਹਿ ਦਿਉ ਉਨਾ ਹੀ ਕੌੜਾ ਇਹ, ਅਤੇ ਚਾਹੇ ਨਾ ਤੁਸੀਂ ਗਲਾਸ ਪਾਣੀ ਦਾ ਭਰ ਲਓ ਇਹਦੇ 'ਚੋਂ ਰਸੇ ਦਾ, ਰਸਾ ਤਾਂ ਇੰਨਾ ਇਹਦੇ 'ਚ, ਇਹ ਦੇਖ ਲਓ ਤੁਸੀਂ ਇੱਕ ਗੰਢੇ 'ਚੋਂ ਗਲਾਸ ਪਾਣੀ ਦਾ ਨਿਕਲ ਸਕਦਾ ਰਸ ਦਾ, ਵੀ ਇੰਨਾ ਇਸ ਤਰ੍ਹਾਂ ਦਾ ਰਸਾ ਇਹਦੇ 'ਚ। ਅਤੇ ਆਪਾਂ ਹੁਣ ਤੁਹਾਨੂੰ ਗੰਢਾ ਦਿਖਾਉਣਾ ਵੀ ਚੱਕ ਕੇ ਬਾਈ ਕਿਹੋ ਜਿਹੀ ਗੱਲਬਾਤ ਹੈ, ਅਤੇ ਕਿਸ ਤਰ੍ਹਾਂ ਦਾ ਗੰਢਾ, ਠੀਕ ਹੈ ਨਾ। ਇਸ ਲੈਵਲ ਦੀ ਗੰਢੇ ਦੀ ਜਿਹੜੀ ਖੇਤੀ ਹੈ ਇੱਥੇ ਹੁੰਦੀ ਹੈਗੀ ਬਾਈ, ਐਡੇ ਐਡੇ ਗੰਢੇ ਆ ਇਹ, ਐਸ ਵੱਡਾ ਗੰਢਾ ਕਹਿੰਦੇ ਕੈਨੇਡਾ ਦਾ ਬਾਈ, ਐਡਾ ਗੰਢਾ।
ਇਹ ਹੋਊਗਾ 200 ਗ੍ਰਾਮ ਦਾ, ਕਿੰਨੇ ਦਾ ਹੋਊ? 200 ਗ੍ਰਾਮ ਦਾ ਗੰਢਾ ਤਾਂ ਹੈਗਾ ਇੱਕ, ਠੀਕ ਹੈ ਨਾ। ਐਡੇ ਵੱਡੇ ਪੱਧਰ ਦੀ ਜਿਹੜੀ ਹੈਗੀ ਆ ਗੰਢੇ ਦੀ ਜਿਹੜੀ ਖੇਤੀਬਾੜੀ ਇੱਥੇ ਹੁੰਦੀ ਹੈ, ਤੇ ਤੁਸੀਂ ਇਸ ਚੀਜ਼ ਦੇ ਬਾਰੇ ਹੁਣ ਤੁਸੀਂ ਦੱਸਿਓ ਕਮੈਂਟ ਕਰਕੇ ਵੀ ਕਿਸ ਤਰ੍ਹਾਂ ਦੀ ਖੇਤੀ ਹੈ ਇਹ, ਚੰਗੀ ਹੈ? ਪਰ ਇੱਥੇ ਤਾਂ ਗਾਂਹ ਵਧੂ ਵਾਲੀ ਖੇਤੀ ਹੈ ਬਾਈ, ਇੱਥੇ ਆਮਦਨ ਵੀ ਬਹੁਤ ਹੈ, ਗੰਢਿਆਂ ਦੇ ਵਿੱਚੋਂ ਲੈਂਦੇ ਆ ਤੇ ਵਿਕਦਾ ਵੀ ਬਹੁਤ ਪੂਰੇ ਵੱਡੇ ਭਾਵਾਂ ਦੇ ਵਿੱਚ ਆ। ਚੰਗੀ ਖੇਤੀ ਦੀ ਚੰਗੀ ਗੱਲਬਾਤ ਆ, ਗੰਢੇ ਦੀ ਕੋਈ ਛੋਟੀ ਗੱਲਬਾਤ ਨਹੀਂ ਕਹਿ ਸਕਦੇ ਤੁਸੀਂ। ਤੇ ਮਸ਼ੀਨ ਆਪਾਂ ਤੁਹਾਨੂੰ ਦਿਖਾਈ ਦਿੱਤੀ ਗੰਢਿਆਂ ਦੀ, ਜਿਹੜੀ ਇਸ ਤਰ੍ਹਾਂ ਵੀ ਉਹ ਮਸ਼ੀਨ ਡਿੱਗ ਰਹੇ ਵੱਟਾਂ ਦੇ ਉੱਤੋਂ ਪੱਟ ਕੇ, ਠੀਕ ਹੈ, ਬੈੱਡ ਬਣਾ ਕੇ ਬੈੱਡਾਂ ਤੋਂ ਪੱਟ ਕੇ ਇਹਨੇ ਜਿਹੜਾ ਰੱਖਣਾ ਹੈ, ਗੰਢਾ ਸਿੱਟੀ ਜਾਂਦੀ ਹੈ ਤੇ ਮੁਸ਼ਕ ਵੀ ਗੰਢੇ ਦਾ ਪੂਰਾ ਮਾਰ ਰਿਹਾ ਕਹਿੰਦੇ ਖੇਤ ਤੋਂ। ਤੇ ਬਹੁਤ ਵੱਡਾ ਖੇਤ ਆ ਬਾਈ, ਇਹ ਜਿੰਨਾ ਕਹਿ ਦਿਓ ਓਡਾ ਹੀ ਵੱਡਾ ਖੇਤ ਹੈ ਗੰਢਿਆਂ ਦਾ, ਠੀਕ ਹੈ ਜੀ। ਹੋਰ ਕੋਈ ਗੱਲਬਾਤ ਜਿਹੜੀ ਕੋਈ ਤੁਹਾਨੂੰ ਲੱਗੀ ਤਾਂ ਕਮੈਂਟਾਂ ਦੇ ਵਿੱਚ ਦੱਸਿਓ, ਪੁੱਛੋ ਬਾਈ ਜ਼ਰੂਰ, ਤੇ ਦੱਸਿਓ ਕਮੈਂਟਾਂ ਦੇ ਵਿੱਚ ਗੰਢੇ ਦਾ ਸਾਇਜ਼ ਜਾਂ ਕੀ ਗੱਲਬਾਤ ਹੈ, ਤੇ ਵੀ ਆਪਣੇ ਕਿਸ ਲੈਵਲ ਦੀ ਜਿਹੜੀ ਖੇਤੀ ਆ ਗੰਢੇ ਦੀ ਹੁਣ ਹੋ ਰਹੀ ਹੈ, ਤੇ ਸ਼ਾਇਦ ਆਪਣੇ ਵੀ ਬੈੱਡਾਂ ਤੇ ਇਸ ਟਾਈਪ ਹੀ ਖੇਤੀ ਹੁਣ ਚੱਲਦੀ ਹੈ ਗੰਢੇ ਦੀ, ਠੀਕ ਜੀ। ਜਿਹੜੀ ਆਹ ਚੀਜ਼ ਹੈ ਨਾ ਬਾਈ ਜੀ, ਆਹ ਚੀਜ਼ ਆ, ਇਹਦੇ ਨਾਲ ਸਮਝ ਲਓ ਇਹ ਗੰਢਿਆਂ ਨੂੰ ਪਾਣੀ ਲਾਉਂਦੇ ਆ। ਇਹ ਜਿਹੜੀ ਹੈ ਸਪਰਿੰਗ ਫਾਰਮਿੰਗ ਸਮਝ ਲਓ, ਇਸ ਤਰ੍ਹਾਂ ਦੇਖੋ ਬਹੁਤ ਲੰਬੀ ਆ ਇਹ, ਪਰਲੇ ਉਧਰਲੇ ਪਾਸੇ ਵੀ ਐਂ ਇੰਜਣ ਲੱਗਿਆ ਵਾ ਇਹਦੇ, ਤੇ ਇੱਧਰਲੇ ਪਾਸੇ ਵੀ ਇੰਜਣ ਲੱਗਿਆ ਵਾ ਇੱਥੇ, ਠੀਕ ਹੈ ਨਾ ਬਾਈ ਜੀ। ਆ ਜਾਓ, ਇਹ ਗੰਢਾ ਬੀਜਿਆ ਹੋਇਆ ਨਾ ਬਾਈ ਜੀ, ਇਹ ਸਾਰਾ ਕੋਕਰ ਫਾਰਮ ਵਾਲਿਆਂ ਦਾ ਬੀਜਿਆ ਹੋਇਆ, ਤੇ ਉਹਨਾਂ ਦੀ ਹੀ ਸਾਰੀ ਇੱਥੇ ਜ਼ਮੀਨ ਰੈਂਟ ਤੇ ਲਈ ਹੋਈ ਆ, ਲੀਜ਼ ਦੇ ਉੱਤੇ, ਠੇਕੇ ਤੇ। ਤੇ ਸਾਰਾ ਗੰਢੇ ਜਾਂ ਕੋਈ ਹੋਰ ਫਸਲਾਂ, ਆਲੂ, ਉਹ ਸਾਰਾ ਉਹ ਫਾਰਮ ਵਾਲੇ, ਉਹ ਕੰਟਰੈਕਟ ਫਾਰਮਿੰਗ ਕੀਤੀ ਆ, ਉਹ ਫਾਰਮ ਆਪ ਹੀ ਬੀਜਦਾ ਹੈ, ਆਪ ਹੀ ਪੱਟਦੇ ਆ, ਸਾਰਾ ਕੁਛ ਉਹੀ ਕਰਦੇ ਆ, ਠੀਕ ਹੈ ਨਾ ਜੀ। ਇਸ ਤਰ੍ਹਾਂ ਆਪਾਂ ਤੁਹਾਨੂੰ ਜਿਹੜੀ ਗੰਢਿਆਂ ਦੀ ਜਾਣਕਾਰੀ, ਤੇ ਆ ਜਾਓ ਆਪਾਂ ਦੁਬਾਰੇ ਫਿਰ ਤੁਹਾਨੂੰ ਦਿਖਾਉਣੇ ਆ ਕਿਵੇਂ ਗੰਢਿਆਂ ਦੀ ਗੱਲਬਾਤ ਹੈ, ਕਿਵੇਂ ਝਾੜ ਹੈ, ਸਾਰੀ ਇਨਫੋਰਮੇਸ਼ਨ ਤੁਹਾਨੂੰ ਦਿੰਦੇ ਆ। ਆਜੋ ਬਾਈ, ਜਿਹੜੀ ਖੇਤੀ ਹੈ ਨਾ ਬਾਈ, ਇਹ ਗੰਢੇ ਦੀ ਖੇਤੀ ਜਿਹੜੀ ਹੁਣ ਅਸੀਂ ਲਈ ਹੈ ਇਨਫੋਰਮੇਸ਼ਨ ਉਹਨਾਂ ਤੋਂ, ਫਾਰਮ ਵਾਲਿਆਂ ਦੇ ਬੰਦੇ ਤੋਂ, ਇਹ ਕਹਿੰਦੇ ਕਿੱਲੇ ਦੇ ਵਿੱਚ ਨਿਕਲਦਾ 1200 ਪਾਉਂਡ, ਤੇ 1 ਮਈ ਨੂੰ ਸਟਾਰਟ ਕੀਤਾ ਸੀ ਬਿਜਾਈ ਇਹਦੀ, ਤੇ ਅੱਜ ਸਮਝ ਲਓ 21 ਹੋ ਗਈ ਸਤੰਬਰ, 1 ਸਤੰਬਰ ਹੋ ਗਈ ਸਮਝ ਲਓ, ਤੇ 1 ਸਤੰਬਰ ਨੂੰ ਇਹਦੀ ਪਟਾਈ ਸ਼ੁਰੂ ਕਰਤੀ, ਤੇ ਇੰਨੇ ਕੁ ਟਾਈਮ ਦੀ ਜਿਹੜੀ ਇਹ ਖੇਤੀ ਹੈ ਬਾਈ, ਤੇ 1200 ਪਾਉਂਡ ਦੇ ਹੁਣ ਤੁਸੀਂ ਕਮੈਂਟਾਂ ਦੇ ਵਿੱਚ ਬਣਾ ਕੇ ਦੱਸਿਓ ਵੀ ਕਿੰਨਾ ਨਿਕਲਦਾ, ਤੇ ਆਪਣੇ ਕਿੰਨਾ ਨਿਕਲਦਾ ਇਹ ਜ਼ਰੂਰ ਤੁਸੀਂ ਦੱਸਿਓ ਮੈਨੂੰ ਹੁਣ, ਠੀਕ ਹੈ ਨਾ ਜੀ। ਤੇ ਇਸ ਤਰ੍ਹਾਂ ਜਿਹੜੀ ਇਹਦੀ ਪਟਾਈ ਆਪਣੇ ਆਲੂਆਂ ਵਾਂਗੂ ਪਟਾਈ ਹੁੰਦੀ ਆ, ਦੇਖੋ ਤੁਸੀਂ ਬੈੱਡਾਂ ਦੇ ਉੱਤੇ, ਇਸ ਤਰ੍ਹਾਂ ਦੀ ਗੱਲਬਾਤ ਹੈ ਇਹਦੀ ਗੰਢੇ ਦੀ। ਤੇ ਗੰਢਾ ਤੁਹਾਨੂੰ ਜਿਵੇਂ ਦਿਖਾਇਆ ਆਪਾਂ, ਵੱਡਾ ਵੀ ਬਹੁਤ ਆ ਬਾਈ ਗੰਢਾ ਸਾਇਜ਼ ਦੇ ਵਿੱਚ, ਤੇ ਵਜਨ ਇਹਦਾ ਹੈਗਾ 1200 ਪਾਉਂਡ 1 ਏਕੜ ਦੇ ਵਿੱਚੋਂ, ਠੀਕ ਹੈ ਜੀ। ਕੋਈ ਹੋਰ ਗੱਲਬਾਤ ਦੀ ਜਾਣਕਾਰੀ ਤੁਸੀਂ ਜ਼ਰੂਰ ਦਿਓ, ਸਾਂਝੀ ਕਰਿਓ ਆਪਾਂ ਨੂੰ ਕਮੈਂਟਾਂ ਦੇ ਵਿੱਚ। ਤੇ ਇਸ ਤਰ੍ਹਾਂ ਦੀ ਖੇਤੀ ਬਾਈ ਦੇਖੋ ਬਹੁਤ ਵੱਡੇ ਪੱਧਰ ਦੀ ਖੇਤੀ ਹੈ, ਤੇ ਮਸ਼ੀਨ ਵੀ ਆਪਾਂ ਤੁਹਾਨੂੰ ਦਿਖਾਤੀ, ਇਹਨਾਂ ਨੇ ਕੁਛ ਕੁ ਦਿਨਾਂ ਦੇ ਵਿੱਚ ਵਿਹਲਾ ਕਰ ਦੇਣਾ ਖੇਤ ਸਾਰਾ। ਇਹ ਮੇਰੇ ਹਿਸਾਬ ਦੇ ਵਿੱਚ ਸਾਰੇ ਕੈਨੇਡਾ ਦੇ ਵਿੱਚ ਗੰਢਾ ਮੈਨੀਟੋਬਾ ਸਟੇਟ ਦੇ ਵਿੱਚੋਂ ਹੀ ਜਾਂਦਾ ਹੋਊ ਜ਼ਿਆਦਾਤਰ, ਤੇ ਬਾਕੀ ਹੋਰ ਵੀ ਸਟੇਟਾਂ ਦੇ ਵਿੱਚ ਗੰਢੇ ਦੀ ਖੇਤੀ ਤਾਂ ਹੁੰਦੀ ਹੈ। ਵੱਡੀ ਗੱਲ ਇਹ ਹੈ ਵੀ ਗੰਢਾ ਇਹ ਜਿਹੜਾ ਹੈਗਾ, ਕੋਈ DAP ਨਹੀਂ, ਕੋਈ ਰੇਹ ਸਪਰੇ ਨਹੀਂ, ਕੁਛ ਨਹੀਂ, ਔਰਗੈਨਿਕ ਆ ਬਾਈ ਬਿਲਕੁਲ। ਇਸ ਗੱਲ ਦੀ ਤਾਂ ਫੁੱਲ ਗਰੰਟੀ ਹੈ, ਕੰਪਨੀ ਵੱਲੋਂ ਪੂਰੀ ਸ਼ਰਤਾਂ ਲਿਖੀਆਂ ਵੀ ਹੁੰਦੀਆਂ ਵੀ ਔਰਗੈਨਿਕ ਹੀ ਹੈ ਇਹ ਚੀਜ਼, ਠੀਕ ਹੈ ਨਾ ਬਾਈ ਜੀ। ਤੇ ਜੇ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਸ਼ੇਅਰ ਜ਼ਰੂਰ ਕਰਿਓ, ਤੇ ਪੇਜ ਨੂੰ ਕਰ ਦਿਓ ਫੋਲੋ ਬਾਈ ਜੀ, ਤੇ ਆਪਾਂ ਇਸ ਤਰ੍ਹਾਂ ਤੁਹਾਨੂੰ ਨਵੀਆਂ ਨਵੀਆਂ ਫਸਲਾਂ ਦੇ ਨਵੀਆਂ ਗੱਲਾਂ ਬਾਤਾਂ ਨਾਲ ਜਾਣਕਾਰੀ ਦਿੰਦੇ ਰਿਹਾ ਕਰਾਂਗੇ। ਤੇ ਤੁਸੀਂ ਖੇਤ ਦੇਖੋ, ਖੇਤ ਬਹੁਤ ਵੱਡਾ ਖੇਤ ਆ ਬਾਈ ਇਹ, ਤੁਸੀਂ ਚਾਰੇ ਪਾਸੇ ਇੱਧਰ ਨਿਗਾਹ ਮਾਰੋਗੇ ਤੁਹਾਨੂੰ ਗੰਢਾ ਹੀ ਗੰਢਾ ਦੇਖੋ ਬਾਈ ਇੱਥੇ। ਤੇ ਆਪਾਂ ਗੰਢੇ ਆਪਣੇ ਕਹਿੰਦੇ ਵੀ ਗੰਢੇ ਵਾਲਾ ਛੋਟਾ, ਛੋਟੇ ਕਿਸਾਨ ਹੈ ਵੀ ਛੋਟੀ ਗੱਲ ਹੈ, ਤੇ ਇੱਥੇ ਤੁਸੀਂ ਦੇਖ ਲਓ ਵੀ ਗੰਢੇ ਦੀ ਬਹੁਤ ਵੱਡੇ ਪੱਧਰ ਤੇ ਖੇਤੀ ਆ ਜਿਹੜੀ ਇਹ ਹੁੰਦੀ ਆ। ਤੇ ਆਪਾਂ ਇਹ ਹੁਣ ਖੇਤ ਦੇ ਵਿੱਚ ਤੁਰੇ ਜਾਂਦੇ ਹਾਂ ਹੌਲੀ ਹੌਲੀ, ਮੈਂ ਤੇ ਮਣੀ ਦੋਨੇ ਜਾਣੇ ਅੱਜ, ਮੈਂ ਕਿਹਾ ਤੁਹਾਨੂੰ ਅੱਜ ਗੰਢਿਆਂ ਬਾਰੇ ਜਾਣੂ ਕਰਾਈਏ, ਤੇ ਮੁਸ਼ਕ ਵੀ ਗੰਢਿਆਂ ਦਾ ਨਾ ਸਾਨੂੰ ਪੂਰਾ ਚੜਿਆ ਪਿਆ ਬਾਈ। ਹੁਣ ਜਿਹੋ ਜਿਹਾ ਅਸੀਂ ਗੰਢਿਆਂ ਦੀ ਸਮੈਲ ਤੁਸੀਂ ਪਤਾ ਹੀ ਹੁਣ, ਜਿਵੇਂ ਗੰਢੇ ਵਾਲੇ ਸਟੋਰ 'ਚ ਵੜ ਜੇ ਕੀ ਹਾਲ ਹੁੰਦਾ, ਤੇ ਹੁਣ ਸ਼ੇਅਰ ਵਾਲੀ ਧੁੱਕੀ ਤੁਸੀਂ ਕੱਢ ਦਿਓ ਵੀਰ ਬਣ ਕੇ। ਤੇ ਬਾਕੀ ਜਿਹੜੀ ਗੱਲਬਾਤ ਤੁਸੀਂ ਕਮੈਂਟਾਂ ਦੇ ਵਿੱਚ ਦੱਸਿਓ ਵੀ ਆਪਣੇ ਕੀ ਝਾੜ ਨਿਕਲਦਾ, ਇੱਥੇ ਤੁਹਾਨੂੰ ਮੈਂ ਦੱਸ ਹੀ ਦਿੱਤਾ ਵੀ ਇਸ ਤਰ੍ਹਾਂ ਦਾ ਝਾੜ ਹੈ, ਤੇ ਇੰਨਾ ਹੀ ਟਾਈਮਿੰਗ ਦੀ ਇਹ ਖੇਤੀ ਹੈ ਜਿਹੜੀ ਇੱਥੋਂ ਦੀ ਹੈਗੀ ਹੈ, ਠੀਕ ਬਾਈ ਜੀ। ਹੋਰ ਕੋਈ ਗੱਲਬਾਤ ਜਿਹੜੀ ਤੁਸੀਂ ਕੋਈ ਸਾਂਝੀ ਕਰਨੀ ਹੈ ਤੇ ਜ਼ਰੂਰ ਦੱਸਿਓ। ਇਸ ਲੈਵਲ ਦੀ ਜਿਹੜੀ ਖੇਤੀ ਆਪਾਂ ਤੁਹਾਨੂੰ ਦਿਖਾ ਰਹੇ ਹਾਂ ਇਹ ਗੰਢੇ ਟੋਟੇ ਦੀ ਸਾਰੀ, ਤੇ ਗੰਢੇ ਬਿਨਾਂ ਸਰਦਾ ਵੀ ਹੈ ਨਹੀਂ ਆਪਾਂ ਨੂੰ ਬਾਈ, ਗੰਢਾ ਮੇਨ, ਆਪਾਂ ਨੂੰ ਮੇਨ ਗੰਢੇ ਦਾ ਰੋਲ ਹੀ ਆ ਦਾਲ ਸਬਜ਼ੀ ਦੇ ਵਿੱਚ, ਹੋਰ ਕੁਛ ਹੋਵੇ ਨਾ ਹੋਵੇ, ਖਾਸ ਕਰਕੇ ਆਪਣੇ ਪੰਜਾਬੀਆਂ ਦੀ। ਤੇ ਗੋਰੇ ਵੀ ਗੰਢਾ ਇਹਨੂੰ ਬਹੁਤ ਖਾਂਦੇ ਆ ਬਾਈ, ਕੋਈ ਇਹੋ ਜਿਹੀ ਗੱਲ ਨਹੀਂ ਵੀ ਆਪਾਂ ਹੀ ਇਕੱਲੇ ਖਾਂਦੇ ਆ, ਤੇ ਗੋਰੇ ਨੂੰ ਇਹ ਵੀ ਗੰਢੇ ਦਾ ਬਹੁਤ ਸ਼ੌਕੀਨ ਆ ਬਾਈ ਲੋਕ ਇਹ, ਠੀਕ ਹੈ ਬਾਈ ਜੀ। ਇਹਦੇ ਦੂਜੇ ਪਾਸੇ ਐ ਤੇ ਤੁਸੀਂ ਦੇਖੋ ਵੀ ਉਹ ਖੜਿਆ ਟਰੈਕਟਰ ਜਿਹਦੇ ਤੁਹਾਨੂੰ ਦਿਖਾਇਆ ਸੀ, ਤੇ ਇੱਧਰ ਆ ਏਡੀਆਂ ਏਡੀਆਂ ਲੈਣਾ ਲੱਗੇ ਪਏ, ਹੁਣ ਘੁੰਮ ਕੇ ਦੂਜੇ ਪਾਸੇ ਆ ਗਏ ਖੇਤ ਦੇ ਤੁਹਾਨੂੰ ਦਿਖਾਉਣ ਦੀ ਖਾਤਰ, ਤੇ ਬਾਹਣ ਦੇ ਵਿੱਚ ਹੀ ਮੈਂ ਕਿਹਾ ਚੱਕ ਦੇ ਕਾਰ ਮਿੱਤਰਾ, ਠੀਕ ਹੈ ਬਾਈ। ਆਹ ਦੇਖੋ ਏਡੀਆਂ ਏਡੀਆਂ ਭੂਕਾਂ ਤੇ ਐਡੇ ਗੱਲਬਾਤ ਹੈ, ਚਟੀਆਂ ਚੁਟੀਆਂ ਲੋੜ ਹੈ ਤੇ ਕਿਸੇ ਬਾਈ ਭਰਾ ਨੂੰ ਦੱਸਿਓ ਆਪਾਂ,
ਭੇਜ ਸਕਦੇ ਚਟਨੀ ਵਾਸਤੇ ਗੰਡਿਆਂ ਦੀਆਂ ਭੁੱਕਾਂ ਸੁਣੋ ਠੀਕ ਹੈ ਨਾ ਬਾਈ ਜੀ ਇਸ ਤਰ੍ਹਾਂ ਦੀ ਗੰਡਿਆਂ ਦੀ ਗੱਲਬਾਤ ਹੈ ਬਾਈ ਜੀ ਜੀ ਇਸ ਤਰ੍ਹਾਂ ਆਪਾਂ ਤੁਹਾਨੂੰ ਅੱਜ ਜਾਣੂ ਕਰਾਇਆ ਗੰਡਿਆਂ ਦੀ ਖੇਤੀ ਬਾਰੇ ਤੇ ਇਸ ਲੈਵਲ ਦੀ ਜਾਂ ਇਸ ਤਰੀਕੇ ਦੇ ਨਾਲ ਗੰਡਿਆਂ ਦੀ ਖੇਤੀ ਹੁੰਦੀ ਹੈ ਇੰਨਾ ਇਹਦਾ ਵਜ਼ਨ ਨਿਕਲਦਾ ਇਸ ਇੰਨਾ ਵੱਡਾ ਵੱਡਾ ਜਿਹੜਾ ਗੰਡਾ ਹੈਗਾ ਐਡਾ ਸਾਇਜ਼ ਤੁਸੀਂ ਦੇਖ ਹੀ ਲਿਆ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਬਾਈ ਜੀ ਫੋਲੋ ਜ਼ਰੂਰ ਕਰਿਓ ਪੇਜ ਨੂੰ ਤੇ ਹੁਣ ਆਪਾਂ ਮਿਲਦੇ ਹਾਂ ਕਿਸੇ ਨਵੀਂ ਗੱਲਬਾਤ ਨਾਲ ਕਿਸੇ ਨਵੇਂ ਕੰਟੈਂਟ ਦੇ ਨਾਲ ਓਕੇ ਬਾਈ ਜੀ ਸਤਿ ਸ਼੍ਰੀ ਅਕਾਲ।